ਹਲਚਲ ਟੀਵੀ ਨਿਊਜ਼। ਮੋਗੇ ਦਾ ਕਿਸਾਨ ਅਜੇ ਸੂਦ ਸੂਬੇ ਦੇ ਬਾਕੀ ਕਿਸਾਨਾਂ ਲਈ ਇੱਕ ਮਿਸਾਲ ਬਣਦਾ ਜਾ ਰਿਹਾ ਹੈ। ਉਕਤ ਕਿਸਾਨ ਨੇ ਰਵਾਇਤੀ ਖੇਤੀ ਦੇ ਚੱਕਰ ਚੋਂ ਬਾਹਰ ਨਿਕਲ ਕੇ ਬ੍ਰੋਕਲੀ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਸਦਕਾ ਉਹ ਚੰਗਾ ਮੁਨਾਫਾ ਵੀ ਕਮਾ ਰਿਹਾ। ਇੱਥੇ ਹੀ ਤੁਹਾਨੂੰ ਦੱਸ ਦਈਏ ਕਿ ਬ੍ਰੋਕਲੀ ਨੂੰ ਗੋਭੀ ਦੀ ਇੱਕ ਨਵੀਂ ਅਤੇ ਚੰਗੀ ਕਿਸਮ ਵੀ ਕਿਹਾ ਜਾ ਸਕਦਾ ਹੈ। ਅਜੇ ਸੂਦ ਦਾ ਦਾਅਵਾ ਹੈ ਕਿ ਮਾਲਵਾ ਝੋਨੇ ਦੀ ਫਸਲ ਲਈ ਨਹੀਂ, ਇਸ ਲਈ ਰਵਾਇਤੀ ਚੱਕਰ ਚੋਂ ਬਾਹਰ ਨਿਕਲ ਕੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਦੀ ਟੈਸਟਿੰਗ ਕਰਵਾ ਕੇ ਉਸ ਦੇ ਅਨੁਸਾਰ ਖੇਤੀ ਕਰਨੀ ਸ਼ੁਰੂ ਕਰਨ। ਛੋਟੇ ਲਾਲ ਜੀ, ਛੋਟੇ ਲਾਲ ਜੀ, ਆਪ ਖੇਤੀ ਕਰ ਰਹੇ ਹੋ ਆਪ ਸਾਹਿਬ ਕੇ ਸਾਥ, ਹਾਂਜੀ, ਕਿਆ ਕਹਿਣਾ ਚਾਹੋਗੇ, ਕਿਤਨੀ ਖੇਤੀ ਅਭੀ ਤੱਕ ਕਿਤਨੀ ਦੇਰ ਸੇ ਕਰ ਰਹੇ ਹੋ ਔਰ ਕਿਆ ਮੁਨਾਫਾ ਹੁਆ ਹੈ, ਕਿਆ ਸਾਰਾ ਬਤਾਈਏ। ਮੇਰੇ ਕੋ ਬਰੋਕਲੀ ਗੋਭੀ ਮੇਂ ਬਹੁਤ ਨਫਾ ਹੁਆ ਜੀ, ਮੈਂ ਬਰੋਕਲੀ ਗੋਭੀ ਹਰੇਕ ਬੰਦੇ ਕਹਤੇ ਹੈ ਖਾਓ, ਇਸਕੋ ਭਰਪੂਰ ਇਸਮੇਂ ਵਿਟਾਮਿਨ ਹੈ ਔਰ ਇਹ ਬਰੋਕਲੀ ਗੋਭੀ ਮੇਂ ਬਗੈਰ ਸਪਰੇ ਕੇ ਹੋਤਾ ਹੈ, ਇਸਮੇਂ ਸੁੰਡੀ ਲਗਤੀ ਨਹੀਂ ਹੈ। ਦੂਸਰੀ ਚਿੱਟੀ ਗੋਭੀ ਮੇਂ ਸਪਰੇ ਹੋਤੀ ਹੈ ਔਰ ਉਹ ਅੱਛਾ ਨਹੀਂ ਬਣਤਾ, ਜਿਹੜਾ ਇਸਕੋ ਇੱਕ ਬਾਰ ਖਾਏਂਗੇ ਉਹ ਬਾਰ ਬਾਰ ਇਹੀ ਗੋਭੀ ਖਾਏਂਗੇ, ਇਸਮੇ ਹਾਂ ਵਿਟਾਮਿਨ ਬਹੁਤ ਹੈ। ਇਸ ਗੋਭੀ ਕੇ ਫਾਇਦੇ ਕਿਆ ਹੈ? ਇਸ ਗੋਭੀ ਕੇ ਫਾਇਦਾ ਹੈ ਕਿ ਵਿਟਾਮਿਨ ਬਹੁਤ ਹੈ, ਸਵਾਦ ਬਹੁਤ ਲੱਗਦਾ ਹੈ, ਦਿਲ ਕਰਤਾ ਖਾਈ ਜਾਈਏ, ਖਾਈ ਜਾਏ ਦਿਨ ਰਾਤ ਖਾਈਏ ਇਸ ਗੋਭੀ ਕੋ। ਕਿਸ ਕੀ ਚੀਜ਼ ਮੇਂ ਵਰਤੀ ਜਾ ਸਕਤੀ ਹੈ? ਇਹ ਪਰੌਂਠੇ ਬਣਾਈਏ, ਇਸਕੋ ਸਬਜ਼ੀ ਬਣਾਈਏ ਔਰ ਇਸਕੋ ਜੂਸ ਪੀਜੀਏ ਔਰ ਡੰਡਲ ਵੀ ਛੀਲ ਕੇ ਪਾਈਏ ਸਬਜ਼ੀ। ਕਿਆ ਅਭੀ ਸੰਦੇਸ਼ ਕਿਆ ਦੇਣਾ ਚਾਹੋਗੇ? ਸੰਦੇਸ਼ ਦੇਂਗੇ ਕਿ ਹਰੇਕ ਹਿੰਦੁਸਤਾਨ ਕੇ ਲੋਗ ਇਸ ਗੋਭੀ ਕੇ ਖਾਏ, ਇਸਸੇ ਕੈਂਸਰ ਨਹੀਂ ਹੋਤਾ ਖਾਣੇ ਸੇ, ਟੇਸਟਿੰਗ ਬਹੁਤ ਬਣਦਾ ਹੈ। ਸਰਕਾਰ ਸੇ ਕੋਈ ਅਪੀਲ ਕਰੋਗੇ? ਸਰਕਾਰ ਸੇ ਕਹਤੇ ਹਮਾਰੇ ਕੋ ਗਰੀਬ ਆਦਮੀ ਕੋਈ ਕੋਈ ਹਥਿਆਰ ਦੇ, ਕੋਈ ਹੋ ਟ੍ਰੈਕਟਰ ਵਗੈਰਾ ਕਿ ਮੰਡੀ ਮੇ ਆਇਆ ਸੀ ਲੈ ਜਾਣੇ ਵਾਸਤੇ, ਛੋਟੇ ਕਿਸਾਨ ਹੈ। ਹਾਂਜੀ ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਜੇ ਸੂਦ ਹੈ। ਸੂਦ ਸਰ, ਜਿਹੜੀ ਖੇਤੀ ਕੀਤੀ ਗਈ ਹੈ ਗੋਭੀ ਦੀ, ਕੀ ਫਸਲ ਹੈ ਇਹ? ਬ੍ਰੋਕਲੀ ਹੈ, ਇਹ ਨਾ ਪੱਤਾ ਗੋਭੀ ਤੋਂ ਇਟਲੀ ਤੋਂ ਆਈ ਸੀਗੀ ਜੀ, ਇਟਲੀ ਤੋਂ ਆਈ ਸੀ। ਲੇਕਿਨ ਮੇਰਾ ਇੱਕ ਕਹਿਣਾ ਹੈ ਸਰਕਾਰ ਨੂੰ ਕਿ ਫਾਰਮਰ ਤਾਂ ਆਪਣੇ ਪੈਸੇ ਲੈ ਕੇ ਚਲੇ ਜਾਂਦਾ ਹੈ, ਜਿਹੜੇ ਮਿਹਨਤੀ ਲੋਕ ਹੈ ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਦਿਨ ਭਰ ਰਾਤ ਇੱਥੇ ਕੰਮ ਕੀਤਾ, ਗੋਡ ਗਡਾਈ ਇਹ ਸਭ ਕੁਛ ਕਰਨ ਔਰ ਖਾਸ ਤੌਰ 'ਤੇ ਜਿਵੇਂ ਛੋਟੇ ਲਾਲ ਵਰਗਾ ਬੰਦਾ ਹੈ, ਮਾਲਕਾਂ ਨੂੰ ਸਰਕਾਰ ਦੇ ਦਿੰਦੀ ਹੈ ਸਰਟੀਫਿਕੇਟ ਕਿ ਜੀ ਬਹੁਤ ਵੱਡੀ ਖੇਤੀ ਵਾਲਾ ਹੈ, ਜਿਹੜ ਕੇ ਸਨਮਾਨਿਤ ਜਿਹੜਾ ਕਰਨਾ ਚਾਹੀਦਾ ਉਹ ਜਿਹੜਾ ਵਰਕਰ ਹੈ ਜਿਹਦਾ ਮੇਨ ਰੋਲ ਹੈ ਉਹਨੂੰ ਕਰਨਾ ਚਾਹੀਦਾ ਔਰ ਸਰਕਾਰ ਨੂੰ ਛੋਟੇ ਬੰਦਿਆਂ ਨੂੰ ਜਿਵੇਂ ਮਸ਼ੀਨਰੀ ਹੈ। ਇਹ ਕਿੰਨਾ ਖਰਚਾ ਆ ਜਾਂਦਾ ਜੀ ਇੱਕ ਕਿੱਲੇ 'ਤੇ ਸਾਰਾ, ਸਾਨੂੰ ਦੱਸੋ। ਇੱਕ ਕਿੱਲੇ 'ਤੇ ਖਰਚਾ ਕਰੀਬ 40,000 ਦੇ ਕਰੀਬ, 40,000 ਰੁਪਏ ਦੇ ਕਰੀਬ। ਕਿੰਨਾ ਮੁਨਾਫਾ ਹੁੰਦਾ? ਕਦੋਂ ਇਹ ਸਬਜ਼ੀ ਦੀ ਬੀਜੀ ਜਾਂਦੀ ਹੈ? ਇਹ ਬੀਜੀ ਜਾਂਦੀ ਹੈਗੀ ਹੈ ਸਪਟੰਬਰ 'ਚ ਅਤੇ ਫਰਵਰੀ ਤੱਕ ਰਹਿਣੀ ਹੈ ਬੇਗਰ ਸਪਰੀਕ। ਕਿੰਨੀ ਵਾਰੀ ਫਸਲਾਂ ਕੀਤੀਆਂ ਜਾਂਦੀਆਂ, ਕਟਿੰਗ ਕਿੰਨੀ ਵਾਰੀ ਹੁੰਦੀ ਹੈ? ਇਹਦੀ ਕਟਿੰਗ ਜਿਹੜੀ ਹੈਗੀ ਹੈ ਉਹ 2 ਵਾਰੀ ਹੁੰਦੀ ਹੈ। ਕਿੰਨਾ ਮੁਨਾਫਾ ਸਰ ਹੋ ਜਾਂਦਾ ਇੱਕ ਕਿੱਲੇ 'ਚੋਂ? ਇੱਕ ਕਿੱਲੇ 'ਚੋਂ ਤੁਹਾਨੂੰ ਦੱਸਤਾ ਕਿ ਗੱਲ 1.25 ਲੱਖ ਤੋਂ 1.5 ਲੱਖ ਰੁਪਈਏ ਤੱਕ, ਜੇ ਤਾਂ ਪੂਰੀ ਉਹਦੀ ਪਰਵਰਿਸ਼ ਪੂਰੀ ਹੋਈ ਹੈ, ਕੋਈ ਨਾ ਰਾਬਤਾ ਨਾ ਆ ਜੇ, ਮਿਨੀਮਮ ਤਾਂ 1 ਲੱਖ ਰੁਪਈਆ ਹੋ ਹੀ ਜਾਣਾ। ਤੇ ਕਿੱਥੇ ਫਿਰ ਸੇਲ ਕਰਦੇ ਹੋ ਜੀ? ਇਹ ਸੇਲ ਅਸੀਂ ਕਰਦੇ ਹਾਂ, ਇਸ ਵੇਲੇ ਸੇਲ ਕਰਦੇ ਹਾਂ ਅਸੀਂ ਜਲੰਧਰ ਲੁਧਿਆਣਾ। ਅਗਰ ਸਾਡੇ ਕੋਲ ਮਾਲ ਦੇ ਜ਼ਿਆਦਾ ਹੋ ਜੂਗੀ ਨਿਕਾਸੀ, ਇਹਦੀ ਦਿੱਲੀ ਹੈ, ਮੈਨੂੰ ਪਤਾ ਲੱਗਾ ਕਿ ਬੰਗਲੌਰ 300 ਰੁਪਈਆ ਕਿਲੋ ਹੈ, ਬੰਬੇ ਬਹੁਤ ਰੇਟ ਹੈ, ਦਿੱਲੀ ਵੀ ਕਾਫੀ ਰੇਟ ਹੈ। ਇਸ ਗੋਭੀ ਦੇ ਫਾਇਦੇ ਕੀ ਹੈ? ਇਸ ਗੋਭੀ ਦੇ ਫਾਇਦੇ ਇਹ ਹੈ ਕਿ ਇੱਕ ਤਾਂ ਐਂਟੀ ਕੈਂਸਰ ਹੈ, ਕੈਲਸ਼ੀਅਮ ਇਹਦੇ ਵਿੱਚ ਹੈ ਔਰ ਇਹਦੇ ਨਾਲ ਕੌਂਸਟੀਪੇਸ਼ਨ ਨਹੀਂ ਹੁੰਦੀ, ਜਿਹੜੇ ਸਭ ਤੋਂ ਜ਼ਿਆਦਾ ਲੋਕ ਬਿਮਾਰ ਹੈ ਕੌਂਸਟੀਪੇਸ਼ਨ ਦੇ ਔਰ ਇਹਦੇ ਨਾਲ ਕੀ ਚੀਜ਼ਾਂ ਬਣ ਸਕਦੀਆਂ, ਇਟ ਕੈਨ ਬੀ ਯੂਜ਼ਡ ਇਨ ਪਰੌਂਠਾਸ, ਜਿਹੜਾ ਪੰਜਾਬੀ ਖਾਂਦਾ ਇਹਦਾ ਸੈਲਡ ਖਾਧਾ ਜਾ ਸਕਦਾ, ਇਹਦਾ ਸੂਪ ਪੀਤਾ ਜਾ ਸਕਦਾ। ਸਾਨੂੰ ਜਿਵੇਂ ਜਿਵੇਂ ਸਾਡੀ ਜ਼ਮੀਨ ਦੀ ਟੈਸਟਿੰਗ ਕਰਾ ਕੇ ਜਿਹੜੀਆਂ ਜਿਹੜੀਆਂ ਚੀਜ਼ਾਂ ਮਹਿੰਗੀਆਂ, ਜਿਵੇਂ ਲੈਟਸ ਹੋਇਆ, ਸਵੀਟ ਕੋਰਨ ਹੋਇਆ, ਲੈਟਸ ਹੋਇਆ, ਜਿਹੜੀਆਂ ਵੀ ਸਰਕਾਰ ਸਾਨੂੰ ਸਾਡੀਆਂ ਟੈਸਟਿੰਗ ਕਰਾ ਕੇ, ਖਾਸ ਤੌਰ 'ਤੇ ਮਾਲਵਾ ਬੈਲਟ ਦੇ ਵਿੱਚ ਤਾਂ ਇਹ ਝੋਨੇ ਦੀ ਬੈਲਟ ਹੀ ਹੈ ਨਹੀਂ, ਸਰਕਾਰ ਸਾਡੇ ਲਈ ਇਹਦੇ ਲਈ ਇਨਸੈਂਟਿਵ ਕਰੇ, ਸਾਡੇ 'ਤੇ ਟੈਸਟਿੰਗ ਕਰਾਵੇ, ਸਾਨੂੰ ਸੀਡ ਪ੍ਰੋਵਾਈਡ ਕਰੇ, ਅਸੀਂ ਉਹ ਸੀਡ ਤੋਂ ਪੈਦਾ ਕਰਨ ਤੋਂ ਬਾਅਦ ਮਾਰਕੀਟਿੰਗ ਜਿਹੜੀ ਹੈਗੀ ਹੈ ਸਾਡੀ ਬਣਾਵੇ ਔਰ ਖਾਸ ਤੌਰ 'ਤੇ ਤਾਂ ਮੈਂ ਕਿਸਾਨ ਵੀਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਇੱਕ ਕਲਸਟਰ ਬਣਾਉਣ, ਕੋਆਪਰੇਟਿਵ ਕਲਸਟਰ ਗੁਜਰਾਤ, ਮਹਾਰਾਸ਼ਟਰ ਅਤੇ ਕਰਨਾਟਕਾ ਵਰਗਾ। ਦੱਸਣਯੋਗ ਹੈ ਕਿ ਮਾਲਵਾ ਖੇਤਰ 'ਚੋਂ ਕਈ ਅਜਿਹੇ ਕਿਸਾਨ ਉੱਭਰ ਕੇ ਸਾਹਮਣੇ ਆ ਰਹੇ ਨੇ ਜੋ ਰਵਾਇਤੀ ਖੇਤੀ ਕਰਕੇ ਆਪਣੀ ਵੱਖਰੀ ਪਛਾਣ ਬਣਾ ਰਹੇ ਨੇ। ਉਕਤ ਕਿਸਾਨ ਹੋਰਾਂ ਕਿਸਾਨਾਂ ਨਾਲੋਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਲੋੜ ਹੈ ਸੂਬੇ ਦੇ ਬਾਕੀ ਕਿਸਾਨਾਂ ਨੂੰ ਵੀ ਸਮੇਂ ਦੇ ਨਾਲ ਬਦਲਣ ਦੀ, ਤਾਂ ਜੋ ਕਿ ਕਿਸਾਨੀ ਨੂੰ ਕਰਜ਼ਾਈ ਹੋਣ ਤੋਂ ਬਚਾਇਆ ਜਾ ਸਕੇ। ਫ੍ਰੀ ਸੇਵਾ, ਫ੍ਰੀ ਸਮਾਧਾਨ। ਵਿਦੇਸ਼ 'ਚ ਬੈਠੇ ਕਿਉਂ ਪਰੇਸ਼ਾਨ?
ਤੰਤਰ ਮੰਤਰ ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਰਤਾਜ ਬਾਦਸ਼ਾਹ ਪੰਡਿਤ ਸ਼ਾਮ ਸੁੰਦਰ ਜੀ, ਮੇਰਾ ਕਿੱਤਾ ਹੋਇਆ ਚੱਲੇਗਾ ਸੱਤ ਸਮੁੰਦਰ ਪਾਰ, ਅਜਿਹਾ ਕੋਈ ਤਾਲਾ ਨਹੀਂ ਜੋ ਖੁੱਲੇ ਨਾ, ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ, ਸਮੱਸਿਆ ਦਾ ਸਮਾਧਾਨ 100% ਗਰੰਟੀ ਦੇ ਨਾਲ, ਅਸ਼ਟਾਮ ਪੇਪਰ ਤੇ ਲਿਖ ਕੇ ਲਵੋ, ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ, ਲਵ ਮੈਰਿਜ, ਲਾਟਰੀ ਨੰਬਰ, ਪੀਆਰ ਪ੍ਰੋਬਲਮ, ਵਿਦੇਸ਼ ਚ ਪੱਕਾ ਹੋਣਾ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਸੱਸ ਨੂੰ, ਪਤੀ ਪਤਨੀ ਚ ਅਣਬਣ ਜਾਂ ਦਾਜ ਚ ਝਗੜਾ, ਮਨ ਚਾਇਆ ਪਿਆਰ, ਬੱਚੇ ਕਹਿਣੇ ਤੋਂ ਬਾਅਦ ਘਰ ਚ ਕਲੇਸ਼। ਜੇਕਰ ਤੁਹਾਡਾ ਕੋਈ ਭੈਣ ਭਰਾ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਕਿਸੇ ਦੇ ਵਾਸ ਵਿਚ ਹੈ ਤਾਂ ਉਸ ਨੂੰ ਬਾਹਰ ਕੱਢਣ ਲਈ ਪੰਡਿਤ ਸ਼ਾਮ ਸੁੰਦਰ ਜੀ ਨੂੰ ਤੁਰੰਤ ਸੰਪਰਕ ਕਰੋ, ਫੋਨ ਨੰਬਰ 97795-056-88, ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 9779595056688।